بسم الله الرحمن الرحيم صلوات على محمد وآل محمد الحمد لله رب الصلاة والسلام على أشرف الأنبياء والمرسلين صلوات ثم الصلاه والسلام على من كان نبيا ادم بين الماء والتين صلوات بسم الله الرحمن الرحيم اللهم إني أسألك بحق آسيا بنت ملاهم آسن لي الحسين عليه السلام صلوات بسم اللہ جیو بھائی اللہ بادشاہ بھائی دے تمام مار کرم دادا نال براون دیا بادشاہ دروے اللہ بادشاہ تو آڈا ٹرایا قبول فرماوے کون آخری آئے کئے کنواں آخری آئے کئے مقام تے آخری 39 روز گزر گیا خیبر فتح نہیں ہویا ایک دن باقی بچ گیا اللہ دی وہی سوا کڑا نہ بولن والا نبی اللہ دے مخاطب ہو کے عریضہ پیش کیتا رحمان اللہ آپ فرمایا حاوی 40 دین دا وعدہ کر میں 40 دین دا وعدہ چکیتا تے دن بچ گئے باقی ایک اور میں نو دس میں کیویں کراں اے میری فوج لڑ لڑ ترٹ مائیے دن باقی بچ گیا ہی کون منو دس میں کیویں کراں ارشاد قدرت ہے میرا محبوب اگر تیرے کول خیبر فتح نہیں ہویا وت میرے نو سڈ مار یا علی چٹیل میدان تے کھڑ کے دستا اور ہتھاں تے دھر کے مدینے دم کر کے نبیاں دے نال سر نو سڈ ماریا سی یا قاہر لدوا یا والی الولی یا مظہر اللہ جائب یا مرتضی ولی
ਯਾਲੀ ਜਲਦੀ ਆਸਾਂ ਪੁਜਾਵੇ ਸਾਡੇ ਭਰਾ ਕੁਭਰਾ ਤੇ ਹੋ ਨਹੀਂ ਸੰਗਦਾ ਵੇ ਨਹੀਂ ਅਸਰਵਾਰ ਤਾਂ ਸਵਾਰੋ ਜੈ ਰਾਵਾਰ ਦੇ ਪਿਛਲੇ ਕਦਮ ਮਦੀਨੇ ਅਗਲੇ ਖੈਬਰ ਸੱਤਰ ਜਾਂ ਬਹੱਤਰ ਕਦਮ ਚੱਲ ਕੇ ਕੈਨਾਤ ਰਸੂਲ ਨੇ ਬਿਰਾ ਦੇ ਘੋੜੇ ਦੀ ਰਕਾ ਵਿੱਚ ਹੱਥ ਰੱਖ ਕੇ ਬਿਰਾ ਨੂੰ ਆਪ ਲਹਾਇਆ ਬਖਰਾ ਲਿਆਓ ਗਿਰਦੋ ਨਿਵਾ ਦੇ ਮੋਮਨਾਓ ਪਧਰਾੜ ਤਾਈ ਮਜਮਾ ਦੇ ਥਾ ਬੈਠਾ ਜੀ ਆ ਦੂਰ ਦੂਰ ਦਾ ਮਜਮਾ ਆਇਆ ਬੈਠੇ ਬਾਨਵੇਂ ਮੋੜ ਤੂੰ ਮਾਣ ਕੇ ਆ ਲੈ ਤੂੰ ਗਿਰਦੋ ਨਿਵਾ ਦੇ ਮੋਮਿਨ ਤਸ਼ਰੀਫ ਫਰਮਾਏ ਸ਼ਾਹਪੁਰ ਤੂੰ ਮਜਮਾ ਆਇਆ ਬੈਠੇ ਬੱਖਰਾ ਲਿਆ ਜੇ ਨਾਸ਼ਤਾ ਕਰੇ ਦੇ ਵਧੇ ਉਸਨੇ ਇੱਕ ਬੰਦਾ ਤਾਂ ਬੱਖਰਾ ਦਾ ਹੀ ਵੇਹਦਾ ਪਿਆ ਜੀ ਆ ਇਹ ਨਾਚ ਥੋੜ੍ਹੇ ਬੇ ਅਸਰ ਜਲਸਾ ਕਰਾਏ ਹੋਏ ਅਤੇ ਘਰ ਆਵਾਜ਼ ਉਂਝ ਪਹੁੰਚਦੀ ਪਈ ਹੈ ਠੀਕ ਹੈ ਨਾ ਦੇਖੋ ਮੈਂ ਦਿਲ ਤੇ ਲੁਤਫ ਲਾਓ ਬੇਟਾ ਦੇਖ ਮੈਂ ਦਿਲ ਮਤਲੂਬ ਹੁਸੈਨ ਨੂੰ ਅੱਲਾ ਜੰਨਤ ਫਿਦਾ ਉਸ ਜਗ੍ਹਾ ਤਾਂ ਫਰਮਾਵੇ ਅਤੇ ਇਨਸ਼ਾਅੱਲਾ 14 ਜੂਨ ਨੂੰ ਹੀ ਹਾਜ਼ਰ ਹੋਣਾ ਮੁਲਕ ਦੇ ਨਾਮ ਵਰ ਜ਼ਾਕਰ ਪਰਸਨ ਉਹਨਾਂ ਜ਼ਾਕਰਾਂ ਦੀ ਜੁੱਤੀਆਂ ਦੀ ਖਾਕ ਮੈਂ ਵੀ ਬਣ ਕੇ ਆਸ ਤੁਹਾਡੀਆਂ ਦਿੰਦੀਆਂ ਵਾਂ ਗਾਜ਼ੀ ਰੰਗ ਲਾਵੇ ਸੱਤਰ ਜਾਂ ਬਹੱਤਰ ਕਦਮ ਚੱਲ ਕੇ ਕੈਨਾਤ ਰਸੂਲ ਨੇ ਬਿਰਾ ਦੇ ਘੋੜੇ ਦੀ ਰਕਾਬ ਵਿੱਚ ਹੱਥ ਰੱਖ ਕੇ ਬਿਰਾ ਨੂੰ ਆਪ ਲਹਾਇਆ ਗੱਲ ਆ ਕੇ ਨਬੀ ਮਿਲੇ ਅੱਲਾ ਦੀ ਕਸਮ ਚਾ ਕੇ ਪਿਆਦਾ ਵੱਤਾ ਨਾ ਲਿਆਓ ਗੱਲ ਆ ਕੇ ਉਹਨਾਂ ਨੂੰ ਮਿਲਿੰਦਾ ਹੈ ਜਿਨ੍ਹਾਂ ਦੇ ਨਾਲ ਪੋਜੀਸ਼ਨ ਰਲਦੀ ਮਿਲਦੀ ਆ ਹਾਏ 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 ਹੱਥ ਖੜਾ ਕਰਕੇ ਹਾਏ ਦਾਰੀ ਸਦਕੇ ਪੁੱਛਣਾ ਕੀ ਤਾ ਯਾ ਰਸੂਲ ਅੱਲਾ ਤੁਹਾਡੇ ਨਾਲ ਢੇਰ ਸਾਰੇ ਫੌਜੀ ਹਨ ਇਹਨਾਂ ਜੰਗ ਕਿਵੇਂ ਕੀਤੀ ਹੈ ਸੁਬਹਾਨ ਅੱਲਾ ਖਾਜਾ ਸਾਹਿਬ ਜ਼ਿੰਦਗੀ ਹੋਈ ਵਕਤ ਨਹੀਂ ਜੀਂਦਾ ਰਵੇ ਇੱਜ਼ਤਾਂ 'ਚ ਇਜ਼ਾਫਾ ਹੋਵੀ ਲੁਤਫ ਲੈਣਾ ਬਾਈ ਯਾ ਰਸੂਲ ਅੱਲਾ ਆਓ ਬਿਸਮਿਲ੍ਲਾ ਹਾਂਜੀ ਸਾਹਿਬ ਬਿਸਮਿਲ੍ਲਾ ਵੇਖੋ ਨਾ ਇਹ ਸਾਂਗਾ ਹੀ ਵੱਖਰਾ ਹੁੰਦੇ ਨਾ ਸ਼ਹੀਦਾਂ ਵਾਲਾ ਸਾਂਗਾ ਵੱਖਰਾ ਉਹ ਮਾਪਿਓ ਹੁੰਦੇ ਨੇ ਵੱਤ ਜ਼ਵਾਰਾਂ ਵਾਲਾ ਅਤੇ ਹਾਜੀਆਂ ਵਾਲਾ ਸੰਗ ਆ ਜਿਹੜਾ ਇਹ ਅਨੁੱਖ ਹੁੰਦੇ ਇਹ ਰਲ ਕੇ ਕਿਹਾ ਸੀ ਅਸਾਂ ਅਤੇ ਮੌਲਾ ਦੇ ਮਦਾ ਖਾਨਾ ਵਾਲਾ ਰਿਸ਼ਤਾ ਜਿਹੜਾ ਉਹ ਵੱਖਰਾ ਜੋ ਪੇਟੀ ਬਿਰਾ ਹਾਂ ਪੇਟੀ ਬਿਰਾ ਜੇ ਤਾਂ ਮੈਂਬਰ ਦੇ ਮਾਲਕ ਹਨ ਜ਼ਿਕਰ ਦੇ ਹੀ ਮਾਲਕ ਹਨ ਅੱਲਾ ਹੋਰ ਵੱਡੇ ਵਕਤ ਅਤਾ ਫਰਮਾਵੇ ਸਾਡੇ ਜ਼ਿਲ੍ਹੇ 'ਚ ਤੁਹਾਨੂੰ ਦੱਸ ਛੋੜਾਂ ਮਦਰ ਸ਼ਰਾਜ਼ੀ ਵੀ ਇੱਕ ਹੀ ਹੈ ਤੁਹਾਡੀਆਂ ਦੁਨੀਆਂ ਵਨ ਗਾਜ਼ੀ ਰੰਗ ਲਾਵੇ ਲੁਤਫ ਲਾ ਬਾਈ ਸਰਕਾਰ ਫਰਮਾਇਆ ਸਾਈ ਕੱਢ ਕੇ ਅਲੀ ਬਾਦਸ਼ਾਹ ਅਰੀਜ਼ਾ ਪੇਸ਼ ਕੀਤਾ ਯਾ ਰਸੂਲ ਅੱਲਾ ਇਜਾਜ਼ਤ ਦਿਓ ਤਾਂ ਸਾਈ ਵੱਧ ਕੱਢ ਸਾ ਖਰਾਮਾ ਖਰਾਮਾ ਟੋ ਦਿਓ ਬਾਰੀ ਦੇ ਸਾਹਮਣੇ ਆਏ ਮਰਹਬ ਸਾਹਿਬ ਕਾ ਰੂਟੀਨ ਦੇ ਮੁਤਾਬਿਕ ਆਦਾ ਮੈਂ ਆਵਾਂ ਅਲੀ ਬਾਦਸ਼ਾਹ ਮੁਸਕਰਾ ਕੇ ਫਰਮਾਉਂਦੇ ਨੇ ਅੱਜ ਤੇਰੇ ਆਵਣ ਦੀ ਜ਼ਰੂਰਤ ਨਹੀਂ ਮੈਂ ਜੋ ਆ ਗਿਆ ਹਾਏ ਹਾਏ ਕੌਣ ਜਵਾਨ ਹੈ ਅੱਗੇ ਢੇਰ ਸਾਰੇ ਫੌਜੀ ਆਉਂਦੇ ਹਨ ਸਾਰੇ ਬੋਲੋ ਬਾਈ ਸਾਰੇ ਬੋਲੋ ਹੈਦਰੀ ਅੱਗੇ ਢੇਰ ਸਾਰੇ ਫੌਜੀ ਆਉਂਦੇ ਹਨ ਮੈਂ ਇੱਕ ਲਲਕਾਰ ਦੇ ਨਾਮ ਦੌੜ ਵੈਂਦੇ ਹਨ ਨੱਸ ਵੈਂਦੇ ਹਨ ਤੂੰ ਦੌੜਿਆ ਨਹੀਂ ਤੂੰ ਨੱਸਿਆ ਨਹੀਂ ਤੂੰ ਭਜਿਆ ਨਹੀਂ ਅਲੀ ਬਾਦਸ਼ਾਹ ਮੁਸਕਰਾ ਕੇ ਫਰਮਾਉਂਦੇ ਨੇ ਕਮਲੀ ਮਾਂ ਦਾ ਬੱਚੜਾ ਮੈਂ ਨੱਸਣ ਵਾਲਿਆਂ 'ਚ ਨਹੀਂ ਨਸਾਵਣ ਵਾਲਿਆਂ 'ਚ ਮੈਂ ਭਜਣ ਵਾਲਿਆਂ 'ਚ ਨਹੀਂ ਭਜਾਵਣ ਵਾਲਿਆਂ 'ਚ ਮੈਂ ਖਾਵਣ ਵਾਲਿਆਂ 'ਚ ਨਹੀਂ ਬੋਲੋ ਤਾਂ ਸਹੀ ਯਾਰ ਮੈਂ ਖਵਾਵਣ ਵਾਲਿਆਂ 'ਚ
ਜਿਹੜੇ ਬੰਦੇ ਹੁਣੇ ਤੇ ਨਹੀਂ ਬੋਲੇ ਉਹਨਾਂ ਨੂੰ ਬੋਲਣ ਦੀ ਦਾਵਤ ਦੇਣਾ। ਬੋਲ ਸਕੋ ਤਾਂ ਬੋਲੋ, ਨਾ ਬੋਲ ਸਕੋ ਤਾਂ ਇੱਕ ਅਮਲ ਹੀ ਦੱਸੇ ਨਾ ਜਨਾਬ ਮੀ ਸਮੇ ਤਮਾਰ ਤੂੰ ਜ਼ੁਬਾਨ ਉਧਾਰੀ ਮੰਗਵੋ ਭਾਈ ਮੁਸਤਫਾ ਲੁਤਫ ਲੈਣੇ ਭਾਈ ਮਰਹਬਾ ਦਾ ਮੈਨੂੰ ਸੁਣਾਉਣ ਮੇਰੀ ਮਾਂ ਨੇ ਮੇਰਾ ਨਾਮ ਮਰਹਬ ਰੱਖਾ ਹੈ ਜਿੱਥਾ ਆਇਆ ਖਲੋ ਤਈਂਦਾ ਨਾ ਖੈਬਰ ਹੈ ਚਾਚਾ ਮੰਮਨ ਸੈਨਾ ਚਾਚਾ ਮੰਮਨ ਸੈਨਾ ਬਿਸਮਿਲਾ ਬਿਸਮਿਲਾ ਤਸ਼ਰੀਫ ਰੱਖੋ ਬਿਸਮਿਲਾ ਚਾਚਾ ਬੇਸ਼ੱਕ ਜੀ ਆਓ ਤੁਸੀਂ ਤਵੱਜੋ ਹੈ ਬਈ ਇਹ ਬੁੰਗੇ ਤੂੰ ਸਫ਼ਰ ਕਰ ਆਏ ਅਲਹਮਦੁਲਿਲਾ ਸ਼ੁਕਰ ਆਏ ਮਜਲਸ ਹੁਸੈਨ ਬਾਦਸ਼ਾਹ ਤੇ ਅੱਲਾ ਬਾਦਸ਼ਾਹ ਅੱਜ ਸਾਰਾ ਦਿਨ ਗੁਨਾਹ ਛੱਡਦੇ ਰਸ ਨੂੰ ਬਿਸਮਿਲਾ ਬਾਬਾ ਜੀ ਆ ਬੈਠੇ ਪੁੱਛਣਾ ਕੀਤਾ ਤਵੱਜੋ ਹੈ ਬਈ ਮੇਰੀ ਮਾਂ ਨੇ ਮੇਰਾ ਨਾਂ ਮਰਹਬ ਰੱਖਾ ਹੈ ਜਿੱਥਾ ਆਇਆ ਖਲੋ ਤੈਨੂੰ ਨਾ ਖੈਬਰ ਅਲੀ ਬਾਦਸ਼ਾਹ ਮੁਸਕਰਾ ਕੇ ਫਰਮਾਨ ਮੈਂ ਮੰਨਾ ਤੇਰੀ ਮਾਂ ਨੇ ਤੇਰਾ ਨਾਮ ਮਰਬ ਰੱਖੋ ਸੀ ਜਿੱਥਾ ਮੈਂ ਆਇਆ ਖਲੋ ਤੈਨੂੰ ਨਾ ਖੈਬਰ ਵਤ ਮੈਨੂੰ ਹੀ ਸੁਣਾਉਣ ਮੇਰਾ ਨਾਮ ਹੈਦਰ ਬੋਲੋ ਯਾਰ ਹੈਦਰ ਦਾ ਨਾਮ ਆਉਣਾ ਸੋਚਣ ਪੈ ਗਏ ਆਹ ਜਿਹੜਾ ਮੈਂ ਕੋ ਨਾਂ ਦੱਸਸ ਜੋ ਮੇਰਾ ਨਾਂ ਹੈਦਰ ਇਹ ਕਿੱਡਾ ਉਹ ਤਾਂ ਨਹੀਂ ਆ ਜਿਹੜਾ ਮੈਨੂੰ ਮਾਂ ਝੋਲੀ ਚ ਦੱਸਿਆ ਨਾਂ ਦੇ ਹੈਦਰ ਨਾਲ ਨਾ ਲੜੇ ਮਜ਼ੀਦ ਤਾਰਫ ਕਰਾ ਤੂੰ ਕੌਣ ਸਜਾਦਾ ਦੇ ਰਹਾ ਮੈਂ ਜਾਂਦਾ ਏ ਮਮਨੂਨ ਜ਼ਮਾਨਾ ਤੂੰ ਸ਼ੇਰ ਖੁਦਾ ਤੇ ਰੋਬ ਰੱਖਣਾ ਤੇਰੀ ਅਕਲ ਤੂੰ ਮੈਂ ਹੈਰਾਨ ਸਯਾਦਾ ਤੂੰ ਕੁਫਰ ਦਾ ਕੁਲ ਮੁਜਸਮਾ ਹੈ ਮੈਂ ਕੁਲ ਦਾ ਕੋਲੀ ਮਾਰੀ ਜੀਓ ਬਾਈ ਬਹੁਤ ਮਿਹਰਬਾਨੀ ਜੀ ਬਿਸਮਿਲ੍ਲਾ ਇਮਰਾਨ ਸਖੀ ਦਾ ਪੁੱਤਰਾ ਜਾਂਦਾ ਹੈ ਮਮਨੂਨ ਜ਼ਮਾਨਾ ਤੂੰ ਸ਼ੇਰ ਖੁਦਾ ਤੇ ਰੱਬ ਰੱਖਣਾ ਤੇਰੀ ਅਕਲ ਤੂੰ ਮੈਂ ਹੈਰਾਨ ਸਯਾਦਾ ਦਾ ਜੇ ਸਮਟਾਤਾ ਨੁਕਦਾ ਬਣਦਾ ਜੇ ਫੈਲਾਤਾ ਕੁਰਾਨ ਤੂੰ ਕੁਫਰ ਦਾ ਕੁਲ ਮੁਜਸਮਾ ਏ ਮੈਂ ਕੁਲ ਦਾ ਕੋਲੀਮਾ ਬਿਸਮਿਲ੍ਲਾ ਮੁਲਕ ਚ ਬੜੀਆਂ ਲੋਕਾਂ ਨਾਤਾਂ ਪੜੀਆਂ ਉਮਤ ਰਸੂਲ ਪਾਕ ਰਸੂਲ ਦਾ ਕਲਮਾ ਪੜ੍ਹਨ ਵਾਲਿਆਂ ਏਡੀਆਂ ਨਾਤਾਂ ਪੜੀਆਂ ਨਾ ਸੋਹਣੀਆਂ ਮੀਡੀਆ ਤੇ ਵੀ ਤੁਸੀਂ ਦੇਖਿਆ ਇਸ ਸਾਲ ਤਾਂ ਡਾਚੀ ਦੀ ਛਬੀ ਬਣਾਈ ਵਾ ਦਿਆਂ ਡਾਚੀ ਦੀ ਛਬੀ ਮੈਂ ਨੇ ਬਣਾਈ ਹੋਈ ਟਰੈਕਟਰ ਤੇ ਪਾਕ ਰਸੂਲ ਦਾ ਰੋਜ਼ਾ ਰੱਖੀ ਵਾ ਦਿਆਂ ਸਕੂਟਰਾਂ ਤੇ ਰੱਖ ਕੇ ਮੇਰੀ ਗੱਲੀ 'ਚ ਵੀ ਲੱਗਦੇ ਰਹੇ ਹਨ ਮੈਂ ਅੰਦਰੋਂ ਬਾਹਰ ਨਿਕਲਣ ਤਾਂ ਰੋਜ਼ਾ ਰਸੂਲ ਦਾ ਉੱਤੇ ਲਾਏ ਹੋਇਆ ਨੇ ਕੇਸਟ ਲਾਈ ਹੋਈ ਨੇ ਸੋਹਣਾ ਆਇਆ ਤੇ ਸੱਜ ਗਿਆ ਗਲੀਆਂ ਬਾਜ਼ਾਰ ਨਿਕਲਦਾ ਅੰਦਰੋਂ ਮੈਂ ਪਿਆ
ਬਾਹੋਂ ਜੀਓ ਜ਼ੁਲਫਾਂ ਤੇ ਨਾਤਾਂ ਲਿਖੀਆਂ, ਖਾਲੀ ਕੰਬਲੀ ਤੇ ਲਿਖੀਆਂ, ਪਾਕ ਰਸੂਲ ਦੀ ਸੋਹਣੀ ਨਾਲੈਣ ਤੇ ਲਿਖੀਆਂ। ਨਾਲੈਣ ਦੇ ਤਾਂ ਫੋਟੋ ਹੀ ਬਣਾ ਕੇ ਨਾ, ਤਸਵੀਰਾਂ ਬਣਾ ਕੇ ਤੇ ਘਰਾਂ ਤੇ ਲੋਕਾਂ ਸਜਾਈਆਂ ਹੈ। ਪਾਕ ਰਸੂਲ ਦਾ ਪੈਰ ਹੋ ਸੀ 14 ਅੰਗਲ, 16 ਅੰਗਲ ਜਾਂ 17 ਅੰਗਲ ਬੋਲੋ। ਤੇ ਜਿਹੜੀ ਇਹਨਾਂ ਨਾਲ ਟੰਗ ਖਲਾਰੀਏ ਨਾ ਜੀ, ਉਹ ਤਕਰੀਬਨ 2.5 ਫੁੱਟ ਦੀ ਬਣਾਈ ਨੇ, ਨਹੀਂ ਨਹੀਂ ਬਣਾਈ। ਅੱਛਾ ਦੇਖੋ ਮਦਰ, ਉਸ ਡਾਚੀ ਦਾ ਜ਼ਿਕਰ ਹੀ ਕੀਤਾ ਨੇ ਨਾਤਾਂ 'ਚ, ਜਿਹੜੀ ਕਮਜ਼ੋਰ ਆਈ, ਨਈਫ ਆਈ, ਲਾਚਾਰ ਆਈ, ਬਵਿਆ ਤਾਂ ਉੱਠ ਨਹੀਂ ਸਕਦੀ, ਉੱਠਿਆ ਤਾਂ ਬਹਿ ਨਹੀਂ ਸਕਦੀ, ਖਾਣਾ ਪੀਣਾ ਬੰਦ ਆ। ਜਦੋਂ ਰਸੂਲ ਨੂੰ ਸਵਾਰ ਕਰਾਇਆ, ਦਿਨ ਬਾਅਦ ਰਫਤਾਰ ਇਤਨੀ ਆਈ ਹੈ, ਆਪਣਾ ਨਹੀਂ ਕਿਸੇ ਨੂੰ ਆਈ ਦੇ, ਇੰਜ ਨਹੀਂ ਤਾਰੀਫ ਕੀਤੀ ਨੇ, ਦਾਈ ਹਲੀਮਾ ਦੀ ਸ਼ਾਨ ਬਿਆਨ ਕੀਤੀ ਨੇ ਨਾਤਾਂ ਦੇ ਜ਼ਰੀਏ, ਨਹੀਂ ਨਹੀਂ ਕੀਤੀ ਬੋਲੋ। ਰਸੂਲ ਪਾਕ ਦਾ ਅੱਜੜ ਦਾ ਜ਼ਿਕਰ ਹੀ ਹੋਇਆ, ਬੱਕਰੀਆਂ ਵਾੜਾ ਹੁੰਦਾ ਰੇ। ਹੱਕ ਬਣਦਾ ਹੈ ਉਮਤ ਰਸੂਲ ਦਾ, ਪਰ ਜਿੱਥੇ ਬੱਕਰੀਆਂ ਅਤੇ ਡਾਚੀਆਂ ਦਾ ਜ਼ਿਕਰ ਹੋਏ, ਬਈ ਰਸੂਲ ਦੀਆਂ ਬੀਵੀਆਂ ਨੇ, ਉਮਤ ਰਸੂਲ ਦੀਆਂ ਮਾਵਾਂ, ਕੰਮ ਤੋਂ ਕੰਮ 9 ਜ਼ਿਆਦਾ ਤੋਂ ਜ਼ਿਆਦਾ 11 ਜਾਂ 13 ਮਾਵਾਂ ਜਾਂ 9 ਬੀਵੀਆਂ, ਜਿਤਨੀਆਂ ਬੀਵੀਆਂ ਰਸੂਲ ਦੀਆਂ, ਉਮਤ ਰਸੂਲ ਦੀਆਂ ਮਾਵਾਂ ਹਨ ਜਾਂ ਨਹੀਂ ਬੋਲੋ, ਮਾਵਾਂ ਹਨ ਨਾ। ਜਿੱਥੇ ਡਾਚੀ ਅਤੇ ਬੱਕਰੀਆਂ ਦਾ ਜ਼ਿਕਰ ਹੁੰਦਾ ਹੈ, ਇੱਕ ਅੱਧ ਮਾਂ ਦਾ ਹੀ ਜ਼ਿਕਰ ਚ ਕਰੇ ਨਾ ਬੋਲੋ, ਨਾ ਬੋਲੇ ਸੋ ਤਾਂ ਹੁਣ ਮੈਂ ਜਿਤਨਾ ਅੱਜ ਦੇ ਦਿਨ ਸਫ਼ਰ ਕਰਦਾ ਰਹਾ ਸਾਂ, ਸਾਰਾ ਦਿਨ ਸਫ਼ਰ ਕਰਨੇ, ਮਹੀਸ਼ਾਂ ਪੜ੍ਹਨੀਆਂ ਅਤੇ ਤੁਹਾਡੀਆਂ ਦੁਆਵਾਂ ਨਾਲ ਮੈਨੂੰ ਦੁੱਖ ਲੱਗ ਸੀ, ਨਾ ਬੋਲੇ ਸੋ ਤਾਂ ਚਲੋ ਸਾਰੀਆਂ ਮਾਵਾਂ ਦਾ ਬਾਬਾ ਗੁਲਾਮ ਬਾਸ ਜੀ, ਇੱਕ ਦਾ ਤਾਂ ਜ਼ਰੂਰ ਕਰੇ ਨਾ, ਚਲੋ ਸਾਰੀਆਂ ਦਾ ਜ਼ਿਕਰ ਨਾ ਹੀ ਹੋ ਸਕਦਾ, ਇਹਨਾਂ ਮਾਵਾਂ ਚੁਕਾਈ ਉਹ ਮਾਂ ਤਲਾਸ਼ ਕਰਨੀ ਆਈ, ਜਾਂਦੇ ਬੂਹੇ ਤੇ ਕੈਨਾਤ ਰਸੂਲ ਸਿਹਰੇ ਬਣ ਕੇ ਲੈਣ ਵਾਸਤੇ ਤੁਰ ਗਏ। ਹਾਏ ਹਾਏ ਚਾਚਾ ਬਸ਼ਕ ਨਾ ਸੁਣੀ ਗੱਲ, ਚਾਚਾ ਬਸ਼ਕ ਗੱਲ ਹੀ ਨਾ ਸੁਣੀ, ਲੁਤਫੀ ਨਾ ਲਿਆ ਹੈ। ਉਸ ਮਾਂ ਦਾ ਜ਼ਿਕਰ ਤਾਂ ਕਰੇ ਨਾ, ਜਾਂਦੇ ਬੂਹੇ ਤੇ ਕਾਇਨਾਤ ਰਸੂਲ ਸਿਹਰੇ ਬਣ ਕੇ ਲੈਣ ਵਾਸਤੇ ਤੋੜ ਗਏ। ਅੱਲਾ ਦੀ ਕਸਮ ਪਿਆ ਚਾ ਕੇ ਆਦਾ, ਮੈਂ ਮਹਿਲਸ ਪਿਆ ਪੜ੍ਹਦਾ ਵਿਹਾੜੀ ਦੇ ਇਲਾਕੇ 'ਚ, ਅਗਲੇ ਦਿਨ ਆ ਕੋਈ 4-5 ਦਿਨ 7 ਦਿਨ ਗੁਜ਼ਰੇ, ਮੇਰੇ ਤੋਂ ਪਹਿਲੇ ਅਲਾਮਾ ਪਿਆ ਪੜ੍ਹਦਾ ਜੀ ਭਾਈ ਨਜ਼ਰ ਹੁਸੈਨ, ਜ਼ਿੰਦਗੀ ਹੋ ਗਈ ਬਖਤੂਨੀ ਜੀਂਦਾ ਰਹੇ, ਅੱਲਾ ਸਬਰ ਜਮੀਲ ਅਤਾ ਕਰੇ ਜੀ, ਅੱਲਾ ਬਚੜੇ ਨੂੰ ਜਵਾਰ ਰਹਿਮਤ ਜਗ੍ਹਾ ਤਾ ਫਰਮਾਵੀ, ਮੇਰੀ ਦੁਆ ਹੈ। ਲੁਤਫ ਲੈਣੇ ਬਈ ਅਲਾਮਤ ਜ਼ੁਲਫਕਾਰ ਹੈਦਰ ਨਕਵੀ ਸਾਹਿਬ ਕਰਾਚੀ ਵਾਲੇ, ਬਾਬਾ ਜੀ ਪੜ੍ਹਦੇ ਪਏ, ਜਦੋਂ ਪਾਕ ਰਸੂਲ ਸਿਹਰੇ ਬਣ ਕੇ ਆਏ ਨਾ, ਖਦੀਜਤੁਲ ਕੁਬਰਾ ਏਡੀ ਅਮੀਰ ਬੀਬੀ ਆਈ, ਕਨੀਜ਼ਾਂ ਨੂੰ ਜਿਹੜੇ ਬਾਣੇ ਲਵਾਏ ਸੀ ਨਾ, ਜਿਹੜੇ ਕੱਪੜੇ ਲਵਾਏ ਸੀ ਉਹਨਾਂ ਨੂੰ ਸੋਨੇ ਦੀਆਂ ਤਾਰਾਂ, ਬੈਲਟ ਸੋਨੇ ਦੇ, ਅੱਜ ਤਾਂ ਕਨੀਜ਼ਨ ਕੋਈ ਨਹੀਂ ਲੈਂਦਾ, ਉਸ ਦੌਰੇ 'ਚ ਬੈਲਟ ਲਵਾਏ ਸੋਨੇ ਦੇ, ਅਤੇ ਬੀਬੀ ਨੇ ਇੱਕ ਠੋਸ ਸੋਨੇ ਦਾ ਮੈਂਬਰ ਬਣਵਾਇਆ ਜੀ, ਬਈ ਬਰਾਤ ਆ ਸੀ ਨਾ ਅਤੇ ਦੂਲਾ ਇਸ ਮੈਂਬਰ 'ਤੇ ਬਾਸੀ। ਜੇ ਅਰਬ ਦੇ ਲੋਕਾਂ ਨੂੰ ਪਤਾ ਲੱਗੇ ਬਈ ਸਰਦਾਰ ਕਿਵੇਂ ਆਉਂਦੇ ਨੇ, ਜਦੋਂ ਬਰਾਤ ਆ ਗਈ ਮੈਂਬਰ ਇਸਤੇਮਾਲ ਹੋ ਗਿਆ ਠੋਸ ਸੋਨੇ ਦਾ, ਬਾਅਦ 'ਚ ਇਸ ਬੀਬੀ ਨੇ ਨਾ ਉਹ ਜਿਤਨੇ ਲੋਕ ਹਨ ਨਾ ਗਰੀਬ ਉੱਥੋਂ ਦੇ, ਉਹਨਾਂ 'ਚ ਉਹ ਠੋਸ ਸੋਨੇ ਦਾ ਮੈਂਬਰ ਉਹ ਵਰਤਾਇਆ ਗਿਆ, ਬਈ ਇਹਨਾਂ 'ਚ ਵਰਤਾ ਛੋੜੋ,
ਇਹ ਇਤਨੀ ਅਮੀਰ ਬੀਬੀ ਹੈ। ਤੋ ਇਸ ਬੀਬੀ ਦੀ ਸ਼ਾਨ ਦੀ ਨਾਥ ਸੁਣਵਾਵਾਂ, ਕਦਰਦਾਨ ਸੁਣਦਾ ਸੁਣਵਾਵਾਂ ਭਾਈ ਨਜ਼ਰ ਲੁਤਫ ਲੈਣੇ, ਅੱਲਾ ਜ਼ਿੰਦਗੀਆਂ ਕਰੇ ਗਾਜ਼ੀ ਰੰਗ ਲਾਵੇ। ਜਿਹੜੇ ਬੰਦੇ ਹੈ ਜ ਹੱਥ ਬੱਧੀ ਬੈਠੇ ਹੋ ਨਾ, ਜ਼ਰਾ ਖੋਲ ਛੋੜੋ ਅਤੇ ਸਲਵਾਰ ਚ ਪੜੋ ਅਤੇ ਮੈਂ ਬਿਸਮਿਲ੍ਲਾ। ਖੁਦਾ ਨੇ ਮੁੰਤਖਬ ਕਰਕੇ ਵਸਾਇਆ ਘਰ ਖੱਡੇ ਜਾਦਾ, 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 ਜਹਾਂ ਤੇ ਮੁਰਸਲੇ ਆਜ਼ਮ ਬਣਾਇਆ ਭਰ ਖੱਡੇ ਜਾਦਾ, ਜਹਾਂ ਤੇ ਮੁਰਸਲੇ ਆਜ਼ਮ ਬਿਸਮਿਲ੍ਲਾ ਸੈਦ ਅਲੀ ਸ਼ਾਹ ਭਰ ਖੱਡੇ ਜਾਦਾ, ਨਬੀ ਦੇ ਦੀਨ ਤੇ ਬੀਬੀ ਖਦੀਜਾ ਘਰ ਚੇਂਜ ਕੀਤਾ, ਨਬੀ ਦੇ ਦੀਨ ਤੇ ਬੀਬੀ ਖਦੀਜਾ ਘਰ ਚੇਂਜ ਕੀਤਾ, ਜਿੱਥਾ ਮੰਗੇ ਤੇ ਗਨੀ ਬਣ ਗਏ ਉਹ ਹੈ ਦਰ ਖਦੀਜਾ ਦਾ, ਜਿੱਥਾ ਮੰਗੇ ਤੇ ਗਨੀ ਬਣ ਗਏ ਉਹ ਹੈ ਦਰ ਖਦੀਜਾ ਦਾ, ਜਿੱਥਾ ਮੰਗੇ ਤੇ ਗਨੀ ਬਣ ਗਏ ਉਹ ਹੈ ਦਰ ਖਦੀਜਾ ਦਾ। ਅੱਛਾ ਫਿਰ ਅਗਦੇ ਨਾ ਮਿਲ ਕੇ ਨਾ ਰਹੇ ਹੈਦਰੀ, ਖੁਦਾ ਨੇ ਮੁੰਤਖਬ ਕਰਕੇ ਵਸਾਇਆ ਘਰ ਖੱਡੇ ਜਾਦਾ, ਨਜ਼ਰ ਭਾਈ ਜ਼ਿੰਦਗੀਆਂ ਮੁੰਤਖਬ ਕਰਕੇ ਵਸਾਇਆ ਘਰ ਖੱਡੇ ਜਾਦਾ, ਖੁਦਾ ਨੇ ਬਾਬਾ ਜੀ ਕਰਕੇ ਵਸਾਇਆ ਘਰ ਖੱਡੇ ਜਾਦਾ, ਜਹਾਂ ਤੇ ਮੁਰਸਲੇ ਆਜ਼ਮ ਬਣਾਇਆ ਖੱਡੇ ਜਾਦਾ, ਜਹਾਂ ਆਜ਼ਮ ਬਣਾਇਆ ਬਰ ਖੱਡੇ ਜਾਦਾ, ਨਬੀ ਦੇ ਦੀਨ ਤੇ ਬੀਬੀ ਖੱਡੇ ਜਾ ਘਰ ਚੇਂਜ ਕੀਤਾ, ਨਬੀ ਦੇ ਦੀਨ ਤੇ ਬੀਬੀ ਖੱਡੇ ਜਾ ਘਰ ਚੇਂਜ ਕੀਤਾ, ਜਿੱਥਾ ਮੰਗੇ ਤੇ ਗਨੀ ਬਣ ਗਏ ਉਹ ਦਰ ਖੱਡੇ ਜਾਦਾ। ਜਿੱਥਾ ਮੰਗਤੇ ਗਨੀ ਬਣ ਗਏ ਉਹ ਹੈ ਦਰ ਖਦੀਜਾ ਦਾ। ਇਤਨੀ ਅਮੀਰ ਬੀਬੀ ਆਈ, ਪੰਜ ਮੁਲਕ ਮਕਰੂਜ਼ਾ, 90,000 ਉਠ ਇੱਕ ਵਕਤ ਦੀ ਤਿਜਾਰਤ ਵਾਸਤੇ ਉਠੀਂਦਾ ਈ। ਅੱਲਾ ਦੀ ਕਸਮ ਚਾ ਕੇ ਪਿਆਦਾ, ਯਮਨ ਚ ਵੰਜਿਆ ਕਾਫਲਾ ਤਿਜਾਰਤੀ, ਤਿਜਾਰਤ ਤਾਜਰ ਲੋਕ ਯਮਨੀ ਇੱਕ ਬੈ ਦੇ ਬੁਖਾਤੇ ਬੁੱਕਾ, ਕਿਨਾ ਯਾਦ ਰੱਖੋ ਕਿਨਾ ਉੱਠਾਂ ਦਾ ਮਾਲ ਨਾ ਖਰੀਦ ਕਰ ਲਿਆ ਹੈ, ਉੱਠ ਤਾੜੀ ਰੱਖਿਆ ਹੈ, ਉਹ ਉੱਠ ਜਿਹੜੇ ਲਿਆਵੇਂ ਨਾ ਜਿੰਨਾ ਉੱਠਾਂ ਦੀਆਂ ਨਕੇਲਾਂ ਸੋਨੇ ਅਤੇ ਚਾਂਦੀ ਦੀਆਂ ਹੋਈਆਂ। ਹਾਏ ਹਾਏ ਨਕੇਲਾਂ ਸੋਨੇ ਅਤੇ ਚਾਂਦੀ, ਉੱਥੋਂ ਮਾਲ ਗਿਣਨੇ। ਇਤਨੀਆਂ ਵੀਰ ਬੀਬੀ ਆਈ, ਤਵੱਜੋ ਹੈ, ਦਸਤਰਖਾਨ ਲੱਗਦੇ ਹਨ, ਗਰੀਬ ਲੋਕ ਖਾਣੇ ਖਾਂਦੇ ਹਨ, ਦਸਤਰਖਾਨ ਵਿੱਚ ਬਰਤਨ ਸੋਨੇ ਅਤੇ ਚਾਂਦੀ ਦੇ ਆਉਂਦੇ ਹਨ, ਲੋਕ ਖਾਣਾ ਖਾ ਰਵੇ ਨਾ ਤਾਂ ਆਖਿਆ ਬਰਤਨ ਨਾਲ ਘਿਣ ਵੰਜੋ, ਇਹ ਝੂਠੇ ਬਰਤਨ। ਅੱਛਾ ਮੇਰੀ ਰਿਆਜ਼ੀ ਕਮਜ਼ੋਰ ਹੈ, ਆਓ ਬਿਸਮਿਲ੍ਲਾ ਬਾਬਾ ਜੀ, ਬਿਸਮਿਲ੍ਲਾ ਬਾਬਾ ਜੀ, ਮੇਰੀ ਥੋੜ੍ਹੀ ਜਿਹੀ ਰਿਆਜ਼ੀ ਕਮਜ਼ੋਰ ਹੈ, ਬੋਲ ਕੇ ਦੱਸੋ ਸਾਲ ਦੇ ਕਿਤਨੇ ਦਿਨ ਆਉਂਦੇ ਨੇ? 365 365 ਦਿਨ ਵਿੱਚ ਇੱਕ ਵਕਤ ਦਾ ਖਾਣਾ ਹੀ ਕੋਈ ਆ ਕੇ ਖਾਵੇ ਅਤੇ ਇੱਕ ਪਲੇਟ ਸੋਨੇ ਦੀ ਘਰ ਲੈ ਵੰਜੇ, ਸਾਲ ਦੀਆਂ ਪਲੇਟਾਂ ਕਿਤਨੀਆਂ ਬਣੀਆਂ ਬੋਲੋ?
365 پلیٹ جڑے گھر سونے دی پہنچ ونجے گنی نہ ہوے تا کیا ہو بولو پچھلے بسم اللہ بہت مہربانی او گنی نہ ہوے تا کیا ہوے تو بند کر نا بوا بند کر تے کونڈا چا پڑھن والا بندہ میرے بعد آیا بیٹھے جی توجہ ہے بھائی اللہ بادشاہ رنگ دا کالا بنائے حسین بادشاہ کالے رنگ تے سونا رنگ چ چڑھائے دیکھو میں ادھر تے لطف لاؤ او غنی نہ بنے تا کیا بنن مال خدیجہ دا لوگ غنی سڈاون لگ پے بھائی نظر کائنات دی قیمت دا شیر پسڑوے نا دیکھتا کون قدر کرسی کون نہ کرسی کون مہیلا سچ حاضر ہے کون غیر حاضر ہے کون مہیلا سنن آیا ہے کون صرف دیکھن آئے پوری توجہ شعر سنا کے پتہ کرنا چاہنا آدھا کڑی گل پہ ہم بزرگو جوان بھائیو ایندا شاہ ہر نبی بنیا ایندا دیور علی بنیا اتھا کے ذات کیڑی ملی ہے بسم اللہ بابا جی زندگی خان بسم اللہ بابا جی یا علی ولی تیری حیاتی ہوئے بہت مہربانی ایندا شاہ ہر نبی بنیا ایندا دیور علی بنیا ایندا شاہ ہر نبی بنیا ایندا دیور علی بنیا ابو طالب نے کہا پڑھیا گواہ وچ خود جلی بنیا بسم اللہ بہت مہربانی سارے بولو بھائی یا رسول اللہ یا علی علیہ السلام محمد او او بزرگ ہور گل یاد کر کے روندے پئے انہاں دا ذہن اپنے تم نہیں پتہ او معرفت درون اس واسطے میں میرا گھر غریب خانہ بنگے جھمٹا لے میں اتھاؤں دا وسدا ہوں میں اتھو ٹور کے سرگو دے آگے ہوں میرے والدین دے بھرا ہے او اس واسطے بات او او گلن یاد کر کے روندے بیٹھے میں الحمدللہ میں بنگے چ ٹوریا بھی ہاں تا بگوڑا ہو کے نہ ٹوریا ہاں اتھا ساڑی عزت عظمت برقرار ہے تے ہر کہیں دے سامنے برقرار ہے الحمدللہ بہت مہربانی زندہ و سلامت رہو شیر پہ سنو ہے نا موالیاں حلالیاں دے ہاں ٹھر جاویں ایندا شاہ ہر نبی بنیا ایندا دیور علی بنیا جی بھائی بہت مہربانی نکاح ہو یا طبیبی نہ گرم دی اے جا کے دے نکاح ہو یا طبیبی نہ گرم دی اے جا کے دے خدا نے پاک بیبی سیدہ دارا یا تا کی دی اے دارا کو پلندی رہے نبی دا گھر وسندی رہے پلے
بلند ہے سر خدیجہ دا تہتا راضی بیٹھے ہو نا بہت مہربانی جی الحمدللہ شکر تھکیڑے لے کے الحمدللہ تواڈی اولاد جو ہاں تواڈیاں زندگیاں غازی رنگ لاوے سلامت رہو شیر ملازہ اے بی بی اور کتنی عزتاں دی مالکہ ہے ٹھیک ہے نا شیر میری مرضی دا بولن نصیب دے پوری توجہ دا کڑی گل پیا اے شہزادی عرب دے بہت مہربانی حضرت علی علیہ السلام دے بچے ہر میدان سچے نعرہ ہے تیری حیاتیاں میں بھائی اے شہزاد عرب دے پاکیزہ نسب دے دشمن زہرا کرہندے ڈر خدیجہ دا اجاتا ہے دشمن زہرا کرہندے ڈر خدیجہ دا اجاتا ہے دشمن زہرا کرہندے ڈر خدیجہ دا اجاتا ہے دشمن زہرا کرہندے راندے نا بھائی زہرا اجاتا ہے دشمن زہرا چھیڑی انجام ہو گیا گل ارے شاد چھیڑی انجام ہو گیا گل ارے شاد چھیڑی انجام ہو گیا گل ارے شاد چھیڑی انجام ہو گیا مولا جیو بھائی بہت مہربانی علی بادشاہ نو من علی بادشاہ نو سوچنا وجنا پار وٹ ملا نال تنگ جنا دیا دشمنی علی نا تم نے تاوی علی علی ہے تو نا من نے تاوی علی علی ہے اللہ دی قسم چا کے پیادا علی اس وقت علی ہے جو علی نو بنا بن والا بھی علی الحاج من علی نا بولو میں تیرہ رجب والے دن کعبے ہم جتھے لوہے دیاں سلاخاں لائیاں نے نا اتنی جگہ تے او کپڑا کوئی نہ اتھے دراڑا موجود ہن میں کہ لوہے دیاں سلاخاں ہی لائیاں نے دھاتا ہی 14 سال گزر گئے 1400 سال دھاتا ہی بڑیاں استعمال کیتی نے وہ تیر رجب والے دن پتہ لگ گئے اس لوہے دیاں سلاخاں اتنی اتنی باہر بات آ گئی علی بادشاہ نو من سڈاویں الحاج علی نو منے نہیں آج کس قسم دا
پوری توجہ بزرگو جوان بھائیو شیر پہ سنو نا منت کر کے 14 دا زوار آم بیت اللہ دا حاجیاں ہاتھ جوڑ کے اپیل کر کے پیادا مشورہ دے کے پیادا منت لا پیو چھوڑنا پوی چھوڑ دے میں علی نہ چھوڑے نہیں سنی بھائی 14 جون ہوسی بہت سارے ذاکر حسین ذاکران دی جوتیاں دی خاک بن کے میں بھی ہوسا پتا نہیں تم آئے اسلے کڈے چلو اس لیے تیرا کے دوا وڈا بھرا بیٹھا ہے تیرا چھوٹا بھرا بیٹھا ہی تو میں اعلان کیتے ہوں تم آ گیا تیرے سامنے تو کوئی کسی دے بوئے تے گیا نا ہو سکا میں آیا کھلوتا ہو سکا یار اگے بھی آیا تے ہو سکا نہ اگے میرا چھوٹا بھرا آ گیا بسم اللہ بہت مہربانی لطف لا بھائی موالیاں حلالیاں دے ہاں ٹھ جاؤں وطن والے اے شیر میں نہیں پیارے جی میں امام حسین پیارا ہے عظمت حسین دا شیر لیکن دل چاہندا ہے بابا جی میں تھوڑی جی شرح کر لوں تے قصیدے دا شیر دا لطف آ جاوے تاں شیر ذہن وچ باسی شیعہ دے حسین بچے زہین بچے فتین بچے کاراں دے سکرینہ پیچھے لکھیا یا علی مدد موترز حضرات دید بھئی اونا یا علی مدد دٹھا اونا کہیں دے مقابلے چا سہیں کوئی گھنہ بھی ہے کائنات دید بھمائی بندہ تا ملی آئی کوئی نا ہائے بندہ کوئی ہوئے آدھا لیا مینا بندہ ملی آئی کوئی نا بسم اللہ علی دے مقابلے علی دے مد دے مقابل اللہ نو ٹھرا بیٹھے یا اللہ مدد پڑھے نے نا تو صحیح یا اللہ مدد چلو شیعہ دے بچے بڑے خوش ہوئے انہاں کا بندہ تا نہیں نا کوئی لدیا لے یا انتا اللہ نو لے آئے وہ تو سپر پاور ہے ہاں وہ سپر پاور ہے سپر پاور لے آئے علی دے مقابلے توجہ ہے لطف لے ہو بچے سوچن لگ پائے میں لے اسے نو آئے نو جس علی دے فضائل اللہ بادشاہ فرمائے انیا اکھی عین اللہ کان اذن اللہ زبان لسان اللہ چہرہ وجہ اللہ انہاں نو پتہ لگ گیا شیعہ دے بچے سوچن لگ پائے بہ او کو لے آئے جڑے ایک دوے تو جدا ہی نہیں ہیں ایک دوے تو جدا نہیں او کو گھن آئے چلو مقابلہ جو کیتا نے تاگا ٹر دیا شیعہ دے حسین بچیاں کاراں دے سکرینہ پچھے لکھ دیتا نوکر غازی دے سوچن لگ بہ ہون لے آسن پہ توجہ ہے بھائی انہاں سوچے بغازی دے مقابلے چ کاکو انہاں بڑی چھان بین کیتی تے وڈی تڑ ماری
ਤੇ ਕਾਰਾਂ ਦੀਆਂ ਸਕਰੀਨਾਂ ਪਿੱਛੇ ਲਿਖ ਦਿੱਤਾ ਨੌਕਰ ਸਹਾਬਤ। ਉਸ ਨੌਕਰ ਸਹਾਬਤ ਦੇ ਸ਼ੀਆ ਹੀ ਹਨ, ਲੇਕਿਨ ਉਹਨਾਂ ਦੇ ਜਿਨ੍ਹਾਂ ਤੇ ਬਤੂਲ ਰਾਜ਼ੀ ਹੈ। ਬਹੁਤ ਮਿਹਰਬਾਨੀ। ਸ਼ੀਆ ਦੇ ਬੱਚਿਆਂ ਸੋਚਿਆ ਮੁਕਾਬਲਾ ਕਰਨ ਲੱਗ ਪੈਣ, ਇਹ ਜਿਹਾ ਨਾਮ ਹੋਣਾ ਚਾਹੀਦਾ, ਮੁਕਾਬਲੇ ਦਾ ਨਾਮ ਹੀ ਨਾ ਚਾਹਵਨ। ਸ਼ੀਆ ਦੇ ਹਸੀਨ ਬੱਚੇ ਜ਼ਹੀਨ ਬੱਚੇ ਫਤੀਨ ਬੱਚੇ ਨਬੁਲੇ ਸੋ ਦੁੱਖ ਲਗਸੀ। ਸ਼ੀਆ ਦੇ ਹਸੀਨ ਬੱਚੇ ਜ਼ਹੀਨ ਬੱਚੇ ਫਤੀਨ ਬੱਚੇ ਕਾਰਾਂ ਦੀਆਂ ਸਕਰੀਨਾਂ ਪਿੱਛੇ ਲਿਖ ਲਿੱਤਾ ਜੰਨਤ ਹੁਸੈਨ ਦੀ। ਹਾਏ ਹਾਏ, ਹੱਥ ਖੜੇ ਕਰੋ ਬਾਈ, ਇਹ ਹੱਥ ਸਲਾਮਤ ਹੋਵੇ ਬਾਈ, ਕਿਸੇ ਦੇ ਮਹਤਾਜ ਨਾ ਹੋਵੇ ਬਾਈ। ਚਾਚਾ ਜੀ ਮੁਰਦਾਬਾਦ, ਮੁਰਦਾਬਾਦ। ਮੈਂ ਕੱਲ ਪੜਦਾ ਖਲੋਤਾ ਹੂੰ ਕਬੀਰ ਵਾਲੇ, ਪਰਸੋਂ ਪੜਦਾ ਪਿਆ। ਮੈਂ ਆਖ ਹੁਣ ਮੁਕਾਬਲੇ ਦਾ ਨਾਂ ਹੀ ਨਹੀਂ ਚਾਹ ਸਕਦੇ। ਇੱਕ ਬੱਚਾ ਵਿੱਚ ਖੜਾ ਹੋ ਗਿਆ, ਉਹਦਾ ਕਹ ਉਹਨਾਂ ਜੀ ਲਿਖੇ ਨੇ। ਮੈਂ ਕਿਹਾ ਕੀ ਲਿਖਿਆ? ਉਹਨਾਂ ਆਖ ਜੰਨਤ ਸਹਾਬਾ ਦੀ। ਮੈਂ ਆਖ ਲਿਖੇ ਨੇ ਤੇ ਕੂੜ ਮਾਰਿਆ ਨੇ, ਤੇ ਜੇ ਲਿਖੇ ਨਹੀਂ। ਹਾਂ, ਪਹਿਲੀ ਗੱਲ ਤੇ ਕੂੜ ਮਰੇ ਸਨ, ਜੋ ਕੁਛ ਲਿਖ ਸਨ ਕੂੜ ਝੂਠ ਸਾਬਿਤ ਹੋ ਸੀ। ਜਵਾਨਾਂ ਨੇ ਜੰਨਤ ਦੇ ਸਰਦਾਰ ਹਨ ਹਸਨ ਤੇ ਹੁਸੈਨ, ਹੋਰ ਕੋਈ ਨਹੀਂ ਬਣ ਸਕਦਾ। ਕਾਇਨਾਤ ਦੇ ਰਸੂਲ ਦੀ ਜ਼ੁਬਾਨੀ ਇਹ ਲਫ਼ਜ਼ ਤਵੱਜੋ ਹੈ, ਤੇ ਜੇ ਲਿਖੇ ਨਹੀਂ ਆ ਤਾਂ ਸ਼ੀਆਂ ਕੋਲ ਇੱਕ ਹੋਰ ਗਰਨੇਡ ਯਾ ਚਲਾ ਦੇਵੇ ਨਾ। ਦੱਸੋ ਤਾਂ ਸਹੀ ਉਹ ਕਿਹੜਾ ਗਰਨੇਡ ਆ? ਅਗਰ ਲਿਖੇ ਨਾ ਤਾਂ ਸ਼ੀਆਂ ਦੇ ਬੱਚੇ ਲਿਖ ਦੇਵੇ ਨਾ ਕਾਬਾ ਅਲੀ ਕਾ ਹੈ। ਹੁਣ ਅਜ਼ਮਤ ਹੁਸੈਨ ਦਾ ਸ਼ੇਰ ਪੇ ਸੁਣਾ ਨਾ। ਚੌਦਾਂ ਦੇ ਦਵਾਰਾਂ ਬੈਤੁੱਲਾ ਦਾ ਹਾਜੀਆਂ ਦੁਆ ਪੇ ਕਰਦਾ, ਜਿਤਨੇ ਹੱਥ ਬੁਲਾਉਂਦੋ ਸੀ ਉਹਨਾਂ ਹੱਥਾਂ ਤੇ ਫਾਲਾਈ ਦੀ ਮਰਜ਼ ਨਾ ਹੋ ਸੀ। ਪੂਰੀ ਤਵੱਜੋ ਆਦਾ ਕੜੀ ਗੱਲ ਪਿਆ ਮੁੱਕੀ ਕਰ ਤੋ ਸੰਜੀਓ ਬੀਬੀ ਦੇ ਦਿਨ ਜੇ ਮੈਂ ਖਦੀਜਤੁਲ ਕੁਬਰਾ ਸ਼ੁਰੂ ਕੀਤੇ, ਜਿਹਦੀ ਨਾਰੀ ਨਾ ਔਲਾਦ ਕੋਈ ਨਾ ਜੀ, ਜਿਹਦੀ ਹਿੱਕ ਧੀ ਆਈ, ਮੁਸੀਬਤ ਦਾ ਵਕਤ ਆ ਵਜੇ ਨਾ ਭਾਈ ਨਜ਼ਰ, ਔਖਾ ਵਕਤ ਚੱਲ ਕਹੇ ਤੇ ਨਾ ਆਵੇ। ਔਖੇ ਵੇਲੇ ਦੋ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਜਾਂ ਦੌਲਤ ਦੀ ਜ਼ਰੂਰਤ ਹੁੰਦੀ ਹੈ, ਜਾਂ ਖੂਨ ਦੀ ਜ਼ਰੂਰਤ ਹੁੰਦੀ ਹੈ। ਅੱਲਾ ਦੀ ਕਸਮ ਚਾ ਕੇ ਪੈਦਾ ਦੀਨ ਵੱਡਾ ਔਖਾ ਬੱਚੇ, ਇਸ ਦੀਨ ਤੇ ਦੌਲਤ ਲੱਗੀ ਹੈ ਖਦੀਜਤੁਲ ਕੁਬਰਾ ਦੀ, ਖੂਨ ਲੱਗੇ ਅਬੂ ਤਾਲਿਬ ਦਾ। ਹਿੱਕਤ ਧੀ ਆਈ ਰਸੂਲ ਦੀ। ਮੁਸਲਮਾਨ ਚਾਰ ਮੰਦਨ, ਚਾਰ ਨਹੀਂ ਚਾਰ ਹਜ਼ਾਰ ਚ ਮੰਨਣ, ਰਾਜ਼ੀ ਤਾਂ ਹਿੱਕ ਹੀ ਨਹੀਂ ਗਈ। ਤੂੰ ਜੋ ਚਾਰ ਆਦੇ, ਅੱਲਾ ਦੀ ਕਸਮ ਚਾ ਕੇ ਪੈਦਾ 1,23,999 ਨਬੀ ਦੀ ਲੱਜ ਜਾਂਦੀ, ਉੱਠ ਕੇ ਤਾਜ਼ੀਮ ਕਰੇ ਉਹ ਬਤੂਲ ਹਿੱਕ, ਜਿਹੜੀ ਮੁਬਾਹਲੇ 'ਚ ਗਈ ਆਈਏ ਉਹ ਬਤੂਲ ਹਿੱਕ, ਜਿਹੜੀ ਕਿਸਾ ਦੀ ਚਾਦਰ ਤਲੇ ਆਈਏ ਉਹ ਬਤੂਲ ਹਿੱਕ, ਜਿਹਦੇ ਯਾਰਾਂ ਪੁੱਤਰ ਇਮਾਮ ਮੋਮਿਨ ਉਹ ਬਤੂਲ ਹਿੱਕ,
کوئی عبادت قابل قبول نہیں جس دے وچ صلوات نہ پڑی ونجے. اللہ دی قسم چا کے پیادا ہے صلوات شمولیت کرن علی بتول ہے کہ ٹھیک ہے بابا. دا ماہ رمضان دا ماہ روزہ ہی خدیجہ الکبریٰ بستر بیماری تے ستے ہوئے بتول دا چار سال دا سن بی بی آج یہ بچڑا تیرے بابے دے گھر رہی ماں خاطر ایک مقصد گھن کے اما کیڑا مقصد بی بی آج یہ میرا مقصد آئی میں دین دی خدمت کرے سا میرا بچڑا میں زندگی ساری دین دی خدمت کری دی رہ گئی ہیں کچھ میرے کول باقی بچ گئی ہے جڑی باقی بچ گئی ہے تیرے حوالے کری نیا تو جان تے دین جانے بی بی آج یہ ماں تو میرے حوالے پہ کری دیا میں وعدہ کری نیا جتنے تائیں میری زندگی رہی میں دین دی خدمت کری نہیں رہا سا اما اگر میرے کول کوئی باقی بچ گئی اگر میرے چ میری قیدی آئی میں اون دے حوالے کرے صدقے 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 جی بابا بسم اللہ میں اون دے حوالے چ کرے سا تے او جانے تے دین جانے بی بی ا دی دل نو تسلی دیوائی ائی تے بابے نو آکھ میرے بستر بیماری دے قریب آوے بستر بیماری دے قریب کہنا رسول آئے بھاوے نائی اٹھ سنگ دی اٹھین دی لگی آئی ہے ہاتھ جوڑ کے آدھی ہے سردار میری حکت ہی ہے میری نری نولاد کوئی نہیں میرا پتر کوئی نہیں میری دی ہے میری زندگی دا آخری دن ہے میں منت کری نہیں ہے پندیاں کے منگنا چاہنی ہے بی بی آدھی ہے میں ساری زندگی سر تاج میرا توڑے آنکھیں وقت گزارے نہیں اوف کی تھی میں آج تھوڑی نہیں کیتا کوئی سے اسرارے بی بی آجے میرے پترا دی جان زہرا ہے اور رکھے دے نال پیارے میرے بعد نہ روے دی میری کرو نال میرے میرے بعد نہ روے آدھی میری کرو نال رو پے جڑے بندے ہونے تے نہیں رونے سینا پیارا نہ کریں دھیاں دے پردیوں نی اکھ بس پوے پردے والے پاسے ہاتھ جوڑ کے کہے ماں تے دھی راضی ہو جائے میں قربان ہو جا سیدہ دے وعدہ کرے نا بتول دی ماں جتنے تائی میری زندگی رہی تری دی تے کوئی دکھ درد نہ سی جد میں دنیا تو انتقال ہو جڑے ود دکھ جانے تے تری دی جانے پہاڑاں تے آون پہاڑ ریزا ریزا ہو جاون سمندراں تے آون سمندر سیاں بن جاون درختاں تے آون درخت گلماں بن جاون ہولے ہولے واڑے گدن علم نبوت رکھ دیو منو علم نبوت نال ڈکاؤ میری دھی تے کیڑے دکھ درد آونے سیدا دا ضرور پوچھنا چاہنی ہے میں میری دو انگلیاں دے درمیان دیکھ درمیان ڈٹھہر نیے روندے روندے غش آئے کنی دا تلیے ملیاں غش تو وفا کو ہے سیدا دانتا سہی کیا دٹھائی بی بی آدھیا تیرے منبر اسے کوئی اور بیٹھے مالے مثل کچاری بان سائل پہ کا حق پہ یہ مغدی ہے تخت نشین صدقے کئی دیر لگی عبادت بھائی ہر آنکھ وس پئیے بی بی آج تیرے ممبر اتے کوئی ہور بیٹھا حال اللہ تے محال مثل
ਕਜਾਰੀ ਬਣ ਸਾਇਲ ਪੇਕਾ ਹੱਗ ਪਈਏ ਮੰਗਦੀ ਐ ਦਾਤ ਨਸ਼ੀਨ ਚੁਣਦੀ ਵਧੀਏ ਮੈਡੀ ਜ਼ਹਰਾ ਦਰਦਾ ਮਾਰਿਆ। ਵਾਹ ਵਾਹ ਵਾਹ।